ਸੀਐਮ ਭਗਵੰਤ ਮਾਨ ਨੇ ਚੁੱਕ ਲਈ ਹੈ ਇੱਕ ਹੋਰ ਨਵੀਂ ਗਾਰੰਟੀ ਕਿਹਾ ਹੈ ਕਿ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਸ ਜੋ ਨੇ ਉਹਨਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਥੋਂ ਆਧੁਨਿਕ ਤਕਨੀਕ ਕਿਵੇਂ ਯੂਜ਼ ਕਰਨੀ ਹੈ ਬੱਚਿਆਂ ਨੂੰ ਲੇਟੈਸਟ ਤੇ ਨਵੇਂ ਤਰੀਕਿਆਂ ਦੇ ਨਾਲ ਕਿਵੇਂ ਪੜ੍ਹਾਈ ਕਰਾਉਣੀ ਹੈ ਤਾਂ ਜੋ ਉਹਨਾਂ ਦਾ ਭਵਿੱਖ ਹੋਰ ਵੀ ਵਧੀਆ ਸੁਨਹਿਰਾ ਤੇ ਉਜਵਲ ਬਣਾਇਆ ਜਾ ਸਕੇ ਜੀ ਹਾਂ ਉਹਨਾਂ ਨੇ ਕਿਹਾ ਹੈ ਕਿ 4 ਫਰਵਰੀ ਨੂੰ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਸ ਜੋ ਨੇ ਉਹਨਾਂ ਨੂੰ ਜਾ ਜਾਵੇਗਾ ਸਿੰਗਾਪੁਰ ਇਹਨਾਂ ਦਾ 36 ਪ੍ਰਿੰਸੀਪल्स ਦਾ ਬੈਚ ਜੋ ਹੈ ਸਿੰਗਾਪੁਰ ਜਾਵੇਗਾ ਜਿਸ ਤੋਂ ਬਾਅਦ ਪੂਰੀ ਪ੍ਰੋਪਰ ਟ੍ਰੇਨਿੰਗ ਲੈਣ ਤੋਂ ਬਾਅਦ ਇਹ ਅਧਿਆਪਕ ਜੋ ਨੇ ਵਾਪਸ ਮੁੜ ਤੋਂ ਆ ਜਾਣਗੇ 6 ਫਰਵਰੀ ਨੂੰ ਜਿਸ ਤੋਂ ਬਾਅਦ ਇਹ ਆਪਣਾ ਤਜਰਬਾ ਉੱਥੇ ਕਿ ਹੋ ਜਾ ਐਕਸਪੀਰੀਅੰਸ ਰਿਹਾ ਕੀ ਕੀ ਨਵੀਆਂ ਗੱਲਾਂ ਸਿੱਖਿਆ ਕਿਡੀਆਂ ਕਿਡੀਆਂ ਨਵੀਆਂ ਚੀਜ਼ਾਂ ਜੋ ਕਿ ਸਟੂਡੈਂਟਸ ਦੇ ਵੀ ਕੰਮ ਆ ਸਕਦੀਆਂ ਨੇ ਆਉਣ ਵਾਲੇ ਵਕਤ ਦੇ ਵਿੱਚ ਇਹੋ ਜਹੀ ਵਧੀਆ ਟ੍ਰੇਨਿੰਗ ਦਿੱਤੀ ਜਾਵੇਗੀ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਇਸ ਤੋਂ ਇਲਾਵਾ ਸੀਐਮ ਮਾਨ ਨੇ ਹੋਰ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ ਇਸੇ ਮੁੱਦੇ ਨਾਲ ਜੁੜੀ ਹੋਈ ਇੱਕ ਵਾਰ ਉਹਨਾਂ ਦਾ ਰੋਕ ਕਰ ਲੈਨੇ ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੀ ਟੀਮ ਜਦੋਂ ਪੰਜਾਬ ਦੇ ਵਿੱਚ ਚੋਣਾਂ ਵੇਲੇ ਪ੍ਰਚਾਰ ਕਰ ਰਹੀ ਸੀ ਤਾਂ ਅਸੀਂ ਲੋਕਾਂ ਨਾਲੇ ਵਾਅਦਾ ਕਰ ਰਹੇ ਸੀ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਅਧਿਆਪਕਾਂ ਨੂੰ ਪ੍ਰਿੰਸੀਪਲਸ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵਧੀਆ ਟ੍ਰੇਨਿੰਗ ਜਿਹੜੀ ਆ ਦਵਾ ਕੇ ਉਹਨਾਂ ਨੂੰ ਇੱਥੇ ਜਿਹੜੀ ਹੈ ਚੰਗੇ ਤਰੀਕੇ ਨਾਲ ਪੜਾਉਣ ਦੇ ਜਿਹੜੇ ਮੁਹਾਰਤ ਹਾਸਿਲ ਕਰਵਾਵਾਂਗੇ ਤੇ ਇਸੇ سلسلے ਦੇ ਵਿੱਚ ਸਾਡਾ ਪਹਿਲਾ ਬੈਚ ਜਿਹੜਾ ਹੈ 36 ਪ੍ਰਿੰਸੀਪਲ ਦਾ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਜਿਹੜੇ ਨੇ ਉਹ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਤੇ ਜਾ ਰਹੇ ਨੇ ਤੇ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਉਹਨਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਊਗਾ ਜਿੱਥੇ ਉਹਨਾਂ ਨੂੰ ਪੜਾਉਣ ਦੇ ਨਵੇਂ-ਨਵੇਂ ਤਰੀਕੇ ਲੇਟੈਸਟ ਤਰੀਕੇ ਜਿਹੜੇ ਨੇ ਆਧੁਨਿਕ ਤਕਨੀਕਾਂ ਨਾਲ ਕਿਵੇਂ ਪੜਾਇਆ ਜਾਂਦਾ ਹੈ ਉਹ ਜਿਹੜੇ ਉਹਨਾਂ ਨੂੰ ਸਿਖਾਏ ਜਾਣਗੇ ਤੇ 11 ਫਰਵਰੀ ਨੂੰ ਇਹ ਸਾਰੇ ਵਾਪਸ ਆ ਜਾਣਗੇ ਪੰਜਾਬ ਤੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਸਿੰਗਾਪੁਰ ਦੇ ਤਜਰਬੇ ਤੋਂ ਲੱਖਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੂਗੀ ਜਦੋਂ ਸਿੰਗਾਪੁਰ ਤੋਂ ਆ ਕੇ ਇਹ ਟੀਚਰ ਆਪਣੇ ਕਲੀਗਜ਼ ਨਾਲ ਤੇ ਆਪਣੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ ਤਾਂ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਿੱਖਿਆ ਦੇ ਮਾਮਲੇ 'ਚ ਕ੍ਰਾਂਤੀ ਲਿਆਉਣ ਦਾ ਸੁਪਨਾ ਸਜਾਇਆ ਹੋਇਆ ਉਹ ਵੀ ਸাকার ਹੋਊਗਾ ਤੇ ਪੰਜਾਬ ਵੀ ਵਿੱਦਿਆ ਦੇ ਖੇਤਰ 'ਚ ਆਪਣਾ ਅਲੱਗ ਤੇ ਅਵਲ ਸਥਾਨ ਜਿਹੜਾ ਹੈ ਉਹ ਹਾਸਲ ਕਰੂਗਾ ਸੀਐਮ ਭਗਵੰਤ ਮਾਨ ਨੇ ਚੁੱਕ ਲਈ ਹੈ ਇੱਕ ਹੋਰ ਨਵੀਂ ਗਾਰੰਟੀ ਕਿਹਾ ਹੈ ਕਿ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਸ ਜੋ ਨੇ ਉਹਨਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਥੋਂ ਆਧੁਨਿਕ ਤਕਨੀਕ ਕਿਵੇਂ ਯੂਜ਼ ਕਰਨੀ ਹੈ ਬੱਚਿਆਂ ਨੂੰ ਲੇਟੈਸਟ ਤੇ ਨਵੇਂ ਤਰੀਕਿਆਂ ਦੇ ਨਾਲ ਕਿਵੇਂ ਪੜ੍ਹਾਈ ਕਰਾਉਣੀ ਹੈ ਤਾਂ ਜੋ ਉਹਨਾਂ ਦਾ ਭਵਿੱਖ ਹੋਰ ਵੀ ਵਧੀਆ ਸੁਨਹਿਰਾ ਤੇ ਉਜਵਲ ਬਣਾਇਆ ਜਾ ਸਕੇ